अगर आपने हमारे चैनल को सब्सक्राइब नहीं किया है तो इसे सब्सक्राइब कर लें। क्या जाके तुसी नीवी जाते हो? ਸਾਡੇ ਜਿਹੜਾ ਮਜ਼ਹਬੀ ਸਿੱਖ ਭਾਈਚਾਰਾ ਹੈ ਉਹ ਅਸੀਂ ਆਪਣੇ ਵਿਹੜੇ ਦੇ ਵਿੱਚ ਇੱਕ ਵੱਖਰਾ ਬਣਾ ਰਹੇ ਹਾਂ ਆਪਣਾ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਵੱਖਰਾ ਬਣਾ। गिद्दड़ बाहा हल्के के गांव हुस्न में जाति भेदभाव के चलते गुरुद्वारा साहिब के पाठी को पाठ करने से रोकने पर बिरादरी की ओर से इकट्ठा होकर अपने स्तर पर गुरुद्वारा साहिब का निर्माण करने का मामला फिलहाल थमने का नाम नहीं ले रहा है। गुरुद्वारा साहिब का निर्माण करवाने की खातिर बाहरी इलाकों से भी पिछले करीब 10 दिनों से दलित भाईचारे से संबंधित बाबा कृपाल सिंह सोड़ी जगह पर डटे हुए है। दलित समाज से ताल्लुकात रखते पाठी सुरेंद्र सिंह व पाठी अमरजीत सिंह ने उनकी जात पर रखने व गांव हुस्न की पंचायत पर गुरुद्वारा साहिब के निर्माण में अड़चन डालने के गंभीर आरोप लगाए जा रहे हैं। वहीं दलित भाईचारे की ओर से कहा गया कि वे कोई विवाद नहीं चाहते हैं, इसके बावजूद उनके कार्य में अड़चन डालने पर उनकी ओर से सख्त कदम उठाए जाने की चेतावनी भी दी है। की नाम है जी तोड़ा? सुरेंद्र पाल सिंह। हाँ जी, की मसला की है जी? ये मसला जी अपने पिंड दे विच गुरुद्वारा साहिब नानक सर साहिब ਉੱਥੇ ਹੀ ਸਾਡੇ ਨਾਲ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਵੱਲੋਂ ਅਤੇ ਗੁਰਦੁਆਰੇ ਦੀ ਕਮੇਟੀ ਜਿਹੜੀ ਉਹਨਾਂ ਵੱਲੋਂ ਸਾਡੇ ਨਾਲ ਜਾਤੀ ਦਾ ਵਿਤਕਰਾ ਕੀਤਾ ਜਾਂਦਾ। ਇਸ ਕਰਕੇ ਅਸੀਂ ਆਪਣਾ ਨਵਾਂ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦੇ ਹਾਂ ਜੀ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਦਿੱਤਾ ਜਾਵੇ ਅਤੇ ਜੋ ਜਾਤੀ ਭੇਦਭਾਵ ਹੈ ਜੀ ਉਹਨੂੰ ਖਤਮ ਕੀਤਾ ਜਾਵੇ ਅਤੇ ਅੱਗੇ ਤੋਂ ਕੋਈ ਵੀ ਇਹੋ ਜਿਹੀ ਘਟਨਾ ਨਾ ਹੋਵੇ ਤਾਂ ਜੋ ਕਿਸੇ ਦੇ ਧਾਰਮਿਕ ਜਿਹੜੀ ਆ ਕਿਸੇ ਨੂੰ ਠੇਸ ਪਹੁੰਚੇ ਜੀ। ਅਤੇ ਇਹ ਚਾਹੁੰਦੇ ਕਿ ਇਨਸਾਫ ਮਿਲਣਾ ਚਾਹੀਦਾ ਅਤੇ ਗੁਰਦੁਆਰਾ ਸਾਹਿਬ ਬਣ ਦੇ ਵਿੱਚ ਕੋਈ ਵਿਘਨ ਨਾ ਪਹੁੰਚੇ। ਹੁਣ ਤੁਸੀਂ ਗੁਰਦੁਆਰਾ ਸਾਹਿਬ ਕਿੱਥੇ ਤਿਆਰ ਕਰ ਰਹੇ ਹੋ ਜੀ ਨਵਾਂ? ਅਸੀਂ ਜੀ ਗੁਰਦੁਆਰਾ ਸਾਹਿਬ ਆਪਣੇ ਇੱਥੇ ਜੀ ਸਾਡੇ ਜਿਹੜਾ ਮਜ਼ਹਬੀ ਸਿੱਖ ਭਾਈਚਾਰਾ ਹੈ ਉਹ ਅਸੀਂ ਆਪਣੇ ਵਿਹੜੇ ਦੇ ਵਿੱਚ ਇੱਕ ਵੱਖਰਾ ਬਣਾ ਰਹੇ ਹਾਂ ਜੀ ਆਪਣਾ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਗੁਰਦੁਆਰਾ ਵੱਖਰਾ ਬਣਾ ਰਹੇ ਹਾਂ। ਅਸੀਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੇ ਸੀ ਜਦੋਂ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਘਰ ਵਿੱਚ ਜੋ ਕਿ ਜ਼ਿਮੀਂਦਾਰ ਨਾਲ ਸੰਬੰਧਿਤ ਹਨ ਉਹਨਾਂ ਦੇ ਘਰ ਅਖੰਡ ਪਾਠ ਹੋਣਾ ਸੀ ਤਾਂ ਸਾਨੂੰ ਉਹਨਾਂ ਦੇ ਘਰ ਵਿੱਚ ਅਖੰਡ ਪਾਠ ਤੇ ਲੱਗਣ ਤੋਂ ਰੋਕਿਆ ਗਿਆ। ਇਹ ਆਖਿਆ ਗਿਆ ਕਿ ਤੁਸੀਂ ਨੀਵੀਂ ਜਾਤੀ ਹੋ ਤੁਹਾਨੂੰ ਅਸੀਂ ਆਪਣੇ ਘਰ ਸ੍ਰੀ ਅਖੰਡ ਪਾਠ ਤੇ ਨਹੀਂ ਲਾ ਸਕਦੇ ਤੇ ਸਾਡੇ ਨਾਲ ਜਾਤੀ ਵਿਤਕਰਾ ਕੀਤਾ ਗਿਆ। ਜਦੋਂ ਅਸੀਂ ਇਸ ਗੱਲ ਦੀ ਅਪੀਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕੋਲ ਕੀਤੀ ਤਾਂ ਉਹਨਾਂ ਨੇ ਸਾਡੇ ਨਾਲ ਕੋਈ ਫੈਸਲਾ ਨਹੀਂ ਕੀਤਾ ਸਗੋਂ ਸਾਡੀ ਗੱਲ ਨੂੰ ਟਾਲ ਦਿੱਤਾ ਗਿਆ। ਅਸੀਂ ਹੁਣ ਇਹੀ ਮੰਗ ਕਰਦੇ ਹਾਂ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਤੋਂ ਅਲੱਗ ਆਪਣੇ ਮਜ਼ਹਬੀ ਸਿੱਖ ਭਾਈਚਾਰੇ ਨਾਲ ਰਲ ਕੇ ਇੱਕ ਅਲੱਗ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰ ਰਹੇ ਹਾਂ, ਪਰੰਤੂ ਪਿੰਡ ਦੀ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਉਸ ਵਿੱਚ ਅੜਿੱਕਾ ਲਾਇਆ ਜਾ ਰਿਹਾ ਹੈ। ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਗੁਰਦੁਆਰਾ ਸਾਹਿਬ ਬਣਾਉਣ ਦਿੱਤਾ ਜਾਵੇ ਤੇ ਇਸ ਵਿੱਚ ਕੋਈ ਵੀ ਵਿਘਨ ਨਾ ਪਾਇਆ ਜਾਵੇ। ਜਰਨੇਲ, ਮੇਰੀ ਪੂਰੀ ਭਾਰਤ ਕੀ ਜ਼ਿੰਮੇਵਾਰੀ ਹੈ ਮਜ਼ਹਬੀ ਭਾਈਚਾਰਾ ਜੋ ਦਲਿਤ ਭਾਈਚਾਰਾ ਕੇ ਪ੍ਰਤੀ, ਤੇ ਪਿੰਡ ਹੁਸਨਰ ਕੇ ਅੰਦਰ ਨਾ ਮੈਨੂੰ 10 ਦਿਨ ਹੋ ਗਿਆ ਇੱਥੇ ਰਹਿਣ ਦਾ ਸੱਦਿਆ, ਮੈਨੂੰ ਇੱਥੇ ਗੁਰਦੁਆਰਾ ਦਾ ਕੋਈ ਵਿਵਾਦ ਸੀ ਸਾਡੀ ਜਾਤੀ ਪਰਖੀ ਗਈ ਬੱਚਿਆਂ ਦੀ, ਇਸ ਕਰਕੇ ਅਸੀਂ ਕੁੱਲ ਮਿਲਾ ਕੇ ਕੀ ਗੱਲ ਕਰ ਰਹੇ। ਇੱਥੇ ਪਿੱਛੇ ਨਾ ਭਗਵਾਨ ਵਾਲਮੀਕ ਜੀ ਦਾ ਮੰਦਿਰ ਹੈ ਜੋ ਕਿ ਜਗ੍ਹਾ ਦਿੱਤੀ ਹੋਈ ਹੈ, ਅਸੀਂ ਆਪਣੀ ਉਸ ਜਗ੍ਹਾ ਕੇ ਅੰਦਰ ਹੀ ਇੱਧਰ ਆਪਣਾ ਨਿਸ਼ਾਨ ਲੱਗਿਆ, ਉਸੀ ਜਗ੍ਹਾ ਕੇ ਅੰਦਰ ਸਾਡੀ ਸਮਾਜ ਰਲ ਕੇ ਵਿਵਾਦ ਸੇ ਹਟ ਕੇ ਵੀ ਵਿਵਾਦ ਠੀਕ ਨਹੀਂ, ਅਸੀਂ ਆਪਣਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਾ ਰਹੇ ਹਾਂ। ਇਸ ਕੇ ਅੰਦਰ ਵੀ ਕੁਛ ਲੋਕ ਮਤਲਬ ਜੋ 4-5 ਹਜ਼ਾਰ ਘਰ ਬਸਤੀ ਹੈ ਸਾਡੀ ਜਿਹੜੀ ਉਹਨਾਂ ਕੇ ਗੁਰਦੁਆਰੇ ਜਾਇਆ ਕਰਦੀ, ਉਹਨਾਂ ਦਾ ਮੱਥਾ ਟਿਕਾਈ ਹੋਇਆ ਕਰਦੀ ਸੀ, ਹੁਣ ਉਹ ਲੋਕ ਉਹ ਮਾਇਆ ਕੇ ਵਾਸਤੇ ਵਿਵਾਦ ਇਹ ਕਰ ਰਹੇ ਕਿ ਵੀ ਇਹਨਾਂ ਨੂੰ ਗੁਰਦੁਆਰਾ ਨਹੀਂ ਬਣਾਉਣ ਦੇਣਾ ਚਾਹੀਦਾ, ਸਾਨੂੰ ਗੁਰਦੁਆਰਾ ਬਣਾਉਣ ਦੇਣ ਖਾਤਰ ਕੋਈ ਵਿਵਾਦ ਨਹੀਂ ਆਉਣਾ ਚਾਹੀਏ ਕਿਉਂਕਿ ਸਾਡਾ ਹੱਕ ਹੈ, ਹਰਿਮੰਦਰ ਸਾਹਿਬ ਸਹੀ ਹੱਕ ਚਾਲੂ ਹੋ ਜਾਂਦਾ ਹੈ। ਇਸ ਕਰਕੇ ਸਾਡੀ ਕੋਈ ਜਾਤੀ ਨਹੀਂ ਪਰਖੀ ਜਾਏ, ਅਗਰ ਸਾਡੀ ਕੋਈ ਬੱਚਾ ਕੀ ਜਾਤੀ ਪਰਖੀ ਜਾਏ ਕਿਸੇ ਤਰੀਕੇ ਕੀ ਗੱਲ ਹੋਤੀ ਹੈ ਤਾਂ ਉਸ ਕੇ ਅੰਦਰ ਅਸੀਂ ਮੁੱਖ ਜਥੇਦਾਰ ਹੈ ਘੋੜਾ ਵਾਲੇ ਬਾਬਿਆਂ, ਉਸ ਕੇ ਅੰਦਰ ਰਾਜੇ ਬਾਜੇ ਦਰਵਾਜੇ ਕੋਰਟ ਕਚਹਿਰੀ ਸਾਨੂੰ ਖੜਕਾਣੇ ਪੈਣਗੇ, ਔਰ SC ਔਰ BC ਕੇ ਅੰਦਰ ਨਾ ST ਐਕਟ ਜੋ ਲੱਗਦਾ ਹੈ ਕੌਮ ਪਰਖਣ ਕਾ ਉਹ ਲਗਾ ਕੇ ਉਹਨਾਂ ਤੇ ਪਰਚਾ ਕਰਾ ਦਿਆ ਜਾਊਗਾ, ਉਹ ਤਾਬੇ ਜ਼ਿੰਦਗੀ ਜੇਲ੍ਹ ਮੇ ਛੱਡਣਗੇ। ਇਸ ਲਈ ਬਸ ਇਤਨਾ ਕਿ ਠੀਕ ਹੈ ਵੀ ਸਾਡਾ ਗੁਰਦੁਆਰਾ ਬਣਨ ਮੇਂ ਕੋਈ ਵਿਵਾਦ ਨਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
वहीं दूसरी ओर इस गंभीर मामले में गांव के सरपंच दर्शन सिंह का कहना था कि समूचा मसला गांव की है दरोड़ी का है। दलित भाईचारे की ओर से उक्त हदरोड़ी को बंद कर दिया गया है, जबकि उन्होंने यह भी बताया कि पंचायत की ओर से उक्त गुरुद्वारे के निर्माण के लिए कोई जगह नहीं दी गई है, जबकि गांव की पंचायत से भी मसले का कोई उचित हल नहीं कर पाने के बाद अब गांव की पंचायत हलका विधायक अमरेंद्र सिंह राजा विडिग से मीट कर कोई समाधान तलाशने की तैयारी में है। मसला हल होने की है जी मसला फिर जी किस तरह का हल किस तरह होगा जी तुसी की कर रहे हो जी इस मामले तुसी सरपंच हो मौके रहे जी इस मामले तुसी की एक्शन ले रहे हो जी गुरुद्वारा साहब मसला खड़ा हो गया जी इधरों हड्डा रोड़ी दे जी ये कल विवाद वध भी सकदा है जी हां जी कोई मीटिंग रखी है जी इस सिलसिले विच एमएलए साहब नाल मीटिंग रखी है जी इस सिलसिले विच गिद्दड़ बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।